ਅਸਲਾਮ ਵਾਲੇਕਮ ਸਾਡੀ ਆਇਆ ਥੋੜਾ ਜਿਹਾ ਮਸਲਾ ਬਣ ਗਿਆ ਮੈਂ ਇੱਕ ਬਹਣੀ ਤੇ ਗਿਆ ਉੱਥੇ ਬੈਠਾ ਇੱਕ ਜੱਟ ਗਾਂ ਚੋਂ ਇੰਦਾ ਮੈਂ ਵੀ ਨਾਲ ਬਹਿ ਰਿਹਾ ਉਹ ਗਾਂ ਸਰਦੀ ਮੂਤਰਿਆ ਤੇ ਸਾਰਾ ਟਾਇਪ ਦੇ ਉੱਤੇ ਪਾਣੀ ਪਾਏ ਗਿਆ ਉਹ ਮੂਤਰ ਜਿਹੜਾ ਸਾਰਾ ਉੱਤੇ ਪੈ ਗਿਆ ਮੈਂ ਤਾਂ ਬੜਾ ਪਰੇਸ਼ਾਨ ਹੋਇਆ ਉਹਨੂੰ ਮੈਂ ਧੋਤਾ ਛੋਤਾ ਸਹੀ ਪੂਜੇ ਛੂਜੇ ਜਿਹਾ ਸਰ ਜੀ ਲੇਕਿਨ ਇਸ ਤਰ੍ਹਾਂ ਪਈ ਉਹ ਸਕਰੀਨ ਦਾ ਰੰਗ ਹੁਣ ਸਰ ਜੀ ਉਹ ਪੀਲਾ ਹੋਇਆ ਖਲਾ ਆਂਦੇ ਹੋ ਤਾਂ ਮੈਂ ਉਹ ਜਿਹੜਾ ਹੈ ਜੀ ਵਾਸ਼ਰੂਮ ਵਾਲਾ ਜਿਹੜਾ ਹੁੰਦਾ ਤਿਜ਼ਾਬ ਉਹਦੇ ਨਾਲ ਦੋ ਚੁੜੇ ਨਾ ਨਹੀਂ ਤਾਂ ਇਹ ਤਾਂ ਹੁਣ ਮੈਂ ਕੀ ਕਰਾਂ ਕਿਸੇ ਪਾਸੇ ਲੈ ਜਾਵਣਾ ਪੰਦਾ ਜਾਂ ਕਿ ਉਹ ਸਕਰੀਨ ਹੀ ਥੋੜੀ ਥੋੜੀ ਕੰਬਦੀ ਏ ਤੇ ਵੇਖਣ ਦੇ ਲਈ ਥੋੜਾ ਮਸਲਾ ਆਉਂਦਾ ਜੀ ਮਲੂਮ ਦੇ ਵਿੱਚ ਲਫ਼ਜ਼ ਕੰਬਦੇ ਖਲਣ ਪਤਾ ਨਹੀਂ ਉਹਨਾਂ ਨੂੰ ਸਾਰ ਜੀ ਕਿਵੇਂ ਧੋਵਾਂ ਜਾਂ ਕੀ ਕਰਾਂ ਕੋਈ ਸਾਰ ਜੀ ਮੈਨੂੰ ਦੱਸੋ ਇਹ ਹੁਣ ਅੱਗਾ ਨਾ ਦੱਸਿਆ ਪਾਇ ਕਿਦਾਂ ਮੇਰੀ ਨੌਕਰੀ ਦਾ ਨਾ ਮਸਲਾ ਬਣੇ ਤੇ ਇਹ ਸਰ ਜੀ ਹੋਇਆ ਜੀ अनएक्सपेक्टेड ਹੋਇਆ ਮੈਂ ਤਾਂ ਜਿਹੜਾ ਬੜਾ ਜਿਹੜਾ ਨਾ ਜੀ ਤਾਂਗਾ ਉਹਨੂੰ ਮੈਂ ਤਾਂ ਸਾਇਦ ਲਾਨਤ ਬੁੱਝਾ ਤਾਂ ਸਾਇ ਕੀਤਾ ਭਾਈ ਇਹਨੂੰ ਲੇਕਿਨ ਉਹ ਸਾਇ ਕਿ ਉਹ ਮੇਰਾ ਇਹਦੇ ਵਿੱਚ ਕੀ ਕਸੂਰ ਹੈ ਉਹਨੇ ਇਹ ਜਾਨਵਰਾਂ ਨੂੰ ਬੰਦਾ ਕੌਣ ਸਮਝਾ ਉਹਨੇ ਇਹਦੇ ਸਰਦੀ ਦੱਸੋ ਮੈਨੂੰ